सिंह जी जदों असी आनंदपुर साहब जी की धरती तो तुरे सीगे साढ़े नाल चार साहबजादे सन दो विछड़ गए एक शहीद हो गया साढ़े कोल इस वेले एक साहबजादा है एक साहबजादा और पातशाह जी बेनती है हे गरीब निवाज एक साहबजादा इस नूं जंग दे मैदान दे विच ना भेजिए बचा लईए। ਇਹ ਸਿੱਖਾਂ ਨੇ ਬੇਨਤੀ ਕੀਤੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਔਰ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕੀਤਾ ਖਾਲਸਾ ਜੀ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ ਸਹਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕੀਤਾ ਸੀਗਾ ਕਹਿਣ ਲੱਗੇ ਹੇ ਖਾਲਸਾ ਜੀ ਅੱਜ ਜੇਕਰ ਮੈਂ ਆਪਣੇ ਪੁੱਤਰ ਬਾਬਾ ਜੁਝਾਰ ਸਿੰਘ ਜੀ ਨੂੰ ਜੰਗ ਦੇ ਮੈਦਾਨ ਦੇ ਵਿੱਚ ਨਾ ਭੇਜਿਆ ਤੇ ਸ਼ਾਇਦ ਬਾਕੀ ਸਿੱਖਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਏਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੱਚੇ ਤੇ ਬਗਾਨੀਆਂ ਮਾਵਾਂ ਦੇ ਬੱਚੇ ਫਰਕ ਸਮਝਿਆ ਫਰਕ ਰੱਖਿਆ ਜਿਸ ਤਰ੍ਹਾਂ ਮੇਰੇ ਲੱਖ ਤੇ ਜਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਗਏ ਹਨ ਔਰ ਪੰਜਾਂ ਪਿਆਰਿਆਂ ਦੇ ਵਿੱਚੋਂ ਕੁਝ ਸਿੰਘ ਗਏ ਹਨ ਚਾਲੀਆਂ ਸਿੰਘਾਂ ਦੇ ਵਿੱਚੋਂ ਅਨੇਕਾਂ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸ਼ਹੀਦ ਹੋਏ ਹਨ ਉਹ ਸਿੱਖ ਤੇ ਮੈਨੂੰ ਇਹ ਜਿਹੜੇ ਆਪਣੇ ਬੱਚੇ ਹਨ ਇੱਕੋ ਜਿਹੇ ਹਨ ਮੈਂ ਕਦੇ ਇਹਨਾਂ ਦੇ ਵਿੱਚ ਫਰਕ ਨਹੀਂ ਰੱਖਿਆ ਫਰਕ ਨਹੀਂ ਸਮਝਿਆ ਹੈ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਹਿਣ ਲੱਗੇ ਜਿਸ ਤਰ੍ਹਾਂ ਬਾਕੀ ਸਿੱਖ ਗਏ ਹਨ ਬਾਬਾ ਜੁਝਾਰ ਸਿੰਘ ਜੀ ਵੀ ਜਾਣਗੇ ਇਹ ਗੱਲ ਨਹੀਂ ਕਿ ਉਹ ਮੇਰੇ ਬੱਚੇ ਹਨ ਮੇਰਾ ਸਪੁੱਤਰ ਹੈ ਅਤੇ ਮੈਂ ਉਸ ਨੂੰ ਰੱਖ ਲਵਾਂਗਾ ਸਾਹਿਬਜ਼ਾਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਗੋਂ ਆਪਣੇ ਕਮਰ ਕੱਸੇ ਦੇ ਵਿੱਚੋਂ ਛੋਟੀ ਤਲਵਾਰ ਕੱਢ ਕੇ ਔਰ ਨਾਲ ਪੰਜਾਂ ਦੇ ਵਿੱਚੋਂ ਦੋ ਪਿਆਰੇ ਤਿਆਰ ਕਰਕੇ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਤਿਆਰ ਕਰਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਘਲਾਇਆ ਸਹਿਬ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਪ੍ਰਾਪਤ ਕਰਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਦੇ ਵਿੱਚ ਗਏ ਔਰ ਜਿਸ ਤਰ੍ਹਾਂ ਵੱਡਾ ਵੀਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀਗਾ ਉਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਜੀ ਵੀ ਬੜੀ ਅਗਾਂਹ ਤੱਕ ਵੱਡੇ ਵੀਰ ਦੇ ਵਾਂਗ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਔਰ ਉਸ ਤੋਂ ਬਾਅਦ ਪੰਜ ਪਿਆਰੇ ਇਕੱਠੇ ਹੋਏ ਸ਼ਾਮ ਦਾ ਵੇਲਾ ਸੀਗਾ ਸ਼ਾਮ ਦਾ ਵੇਲਾ ਔਰ ਦੁਬਾਰਾ ਪੰਜ ਪਿਆਰੇ ਇਕੱਤਰ ਹੋਏ ਕੁਝ ਸਿੰਘ ਸ਼ਹੀਦ ਹੋ ਚੁੱਕੇ ਹਨ ਅਤੇ ਸਤਿਗੁਰਾਂ ਨੇ ਸ਼ਾਮ ਦੇ ਸਮੇਂ ਇੱਕ ਬਚਨ ਕੀਤਾ ਕਹਿਣ ਲੱਗੇ ਹੇ ਖਾਲਸਾ ਜੀ ਕੱਲ੍ਹ ਸੁਬਾਹ ਜਿਹੜਾ ਸਭ ਤੋਂ ਪਹਿਲਾਂ ਜਥਾ ਜੰਗ ਦੇ ਮੈਦਾਨ ਦੇ ਵਿੱਚ ਜਾਏਗਾ ਉਸ ਦੀ ਅਗਵਾਈ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਥਾ ਲੈ ਕੇ ਜਾਵਾਂਗੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਛਾ ਸੀਗੀ ਉਸ ਵੇਲੇ ਪੰਜ ਪਿਆਰਿਆਂ ਨੇ ਇਕੱਤਰ ਹੋ ਕੇ ਬੇਨਤੀ ਕੀਤੀ ਕਹਿਣ ਲੱਗੇ ਦਸ਼ਮੇਸ਼ ਪਿਤਾ ਜੀ ਨਹੀਂ ਅਗਰ ਤੁਸੀਂ ਚਲੇ ਗਏ ਤਾਂ ਬਾਅਦ ਵਿੱਚ ਸਿੱਖਾਂ ਦਾ ਕੀ ਬਣੇਗਾ ਖਾਲਸਾ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਜਾਓਗੇ ਪੰਜਾਂ ਪਿਆਰਿਆਂ ਨੇ ਇਕੱਤਰ ਹੋ ਕੇ ਬੇਨਤੀ ਕੀਤੀ ਕਹਿਣ ਲੱਗੇ ਹੇ ਦਸ਼ਮੇਸ਼ ਪਿਤਾ ਜੀਓ ਰਾਤ ਦੇ ਸਮੇਂ ਤੁਸੀਂ ਇਹ ਜੰਗ ਦਾ ਮੈਦਾਨ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਫਿਰ ਕਿਤੇ ਖਾਲਸੇ ਪੰਥ ਨੂੰ ਇਕੱਤਰ ਕਰਕੇ ਜੰਗ ਕਰ ਲੈਣਾ ਅੱਜ ਤੁਸੀਂ ਖਾਲਸਾ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਸਾਹਮਣੇ ਸੀਸ ਝੁਕਾਇਆ ਔਰ ਰਾਤ ਦੇ ਸਮੇਂ ਭਾਈ ਦਇਆ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡਣ ਲੱਗੇ ਹਨ ਇੱਥੇ ਇੱਕ ਬੜਾ ਸੁੰਦਰ ਵਾਕਿਆ ਹੋਇਆ ਹੈ ਗਰੀਬ ਨਿਵਾਜ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੁਰਨ ਲੱਗੇ ਹਨ ਅਤੇ ਪਾਤਸ਼ਾਹ ਜੀ ਜਿਉਂ ਹੀ ਬਾਹਰ ਕਦਮ ਧਰਿਆ ਹੈ ਸਤਿਗੁਰਾਂ ਨੇ ਜੋੜਾ ਲਾਹ ਦਿੱਤਾ ਜੋੜਾ ਚਰਨਾਂ ਦੇ ਵਿੱਚ ਪਾਇਆ ਸੀਗਾ ਉਤਾਰ ਦਿੱਤਾ ਭਾਈ ਦਇਆ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਨੇ ਤੱਕਿਆ ਕਹਿਣ ਲੱਗੇ ਜੰਗ ਦਾ ਮੈਦਾਨ ਹੈ ਔਰ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਅਨੇਕਾਂ ਜਿਹੜੇ ਯੋਧੇ ਸਨ ਉਹਨਾਂ ਦੇ ਸ਼ਸਤਰ ਟੁੱਟੇ ਵੀ ਹਨ ਅਤੇ ਡਿੱਗੇ ਵੀ ਹਨ ਔਰ ਇਸੇ ਤਰ੍ਹਾਂ ਅਗਲਾ ਜਿਹੜਾ ਰਸਤਾ ਹੈ ਉਹਦੇ ਵਿੱਚ ਝਾੜੀਆਂ ਹਨ ਅਰੋੜੇ ਹਨ ਕਈ ਤਰ੍ਹਾਂ ਦੇ ਕੰਢੇ ਹਨ ਜੰਗਲੀ ਰਸਤਾ ਹੈ ਅਤੇ ਦਸ਼ਮੇਸ਼ ਪਿਤਾ ਜੀ ਦੇ ਕੋਮਲ ਚਰਨ ਜਦੋਂ ਹੁਣ ਜੋੜਾ ਲਾ ਦਿੱਤਾ ਹੈ ਅਤੇ ਜਦੋਂ ਇੱਥੇ ਜਾਣਗੇ ਇਹਨਾਂ ਦੇ ਚਰਨਾਂ ਦੇ ਵਿੱਚ ਛਾਲੇ ਪੈ ਜਾਣਗੇ ਚਰਨ ਚੀਰੇ ਜਾ ਸਕਦੇ ਹਨ
कोई शस्त्र वज के तो सट लग जाएगी। इस करके भाई दया सिंह जी ने बेनती की, कहन लगे हे दशमेश पिता जी, रात का समा है, असी गढ़ी नू छड़न लगे हाँ, ते तुसी चरणा दे विचों जोड़ा क्यों उतार दिता है। असी केसां दी गल कर रहे सीगे, ते पातशाह धन गुरु गोबिंद सिंह जी ने वचन किया, कहन लगे हे भाई दया सिंह जीओ, ख्याल करना असी ये छड़ के जा रहे हाँ, और जिहड़े साडे सपुत्र हन जां जिहड़े साडे सिख हन वो जंग दे मैदान दे विच सारा दिन लड़दे हुए उन्होंने शहादत दा जाम पीता है इत्थे। और कई बारी इंज भी होया है, सिख इन्नी बहादुरी दे नाल ते इन्नी फुरती दे नाल लड़े हन, ते जालमां ने इन्ने उन्हां दे टुकड़े किते हन, कईआं दीआं दस्तारां लै गईआं, कईआं सिखां दे इत्थे केस खिलरे होणगे, उन्हां दे केस उत्थे पए होणगे, ते बाबा दया सिंह जी रात दा समा है, असी जदों इत्थों लंघ के जावांगे, हो सकदा है हनेरे दे विच साडे जिहड़े चरण हन साडे जिहड़े पैर हन किसी सिख दे किते केसां नूं ना लग जाण, किते उन्हां दे जिहड़े पवित्र शरीर हन उन्हां दे केसां नूं जे कर साडा पैर छू गया ते इह तों वड्डी बेअदबी की होएगी। इस करके असी हे भाई दया सिंह जी जोड़ा नहीं पावांगे, चीरे जाण साडे कदम, पै जाण छाले, कुछ भी हो जावे पर असी जोड़ा नहीं पहनांगे। दशमेश पिता धन गुरु गोबिंद सिंह जी देखो उन्होंने अपने जिहड़े केस सिखां दे केस सन उन्होंने किन्नी वड्डी केसां दी इज्जत कीती, किन्ना वड्डा माण कीता केसां दा। भाई दया सिंह जी छाले पै जाण कोई परवाह नहीं, पर मेरे सिखां दे केसां नूं पैर लग गया इह तों वड्डी कोई बेअदबी नहीं होएगी, पाप नहीं होएगा, मैं जोड़ा पहन के नहीं जावांगा। हुण सतगुरु धन गुरु गोबिंद सिंह जी चमकौर दी गड़ी तो थोड़ा जिहा बाहर होए, देखो ये असी वचन तां सांझे कर रहे हाँ, आ साडियां भैणां घर दे विच बच्चा एक दो दिन जूड़ा ध्यान दे नाल ना करवाए ते भैणां अक के कह दिंदियां चल नाई दी दुकान ते तेरे केस मना आईए, जा कर दे कह दिंदियां हनके दे केस मना दो, ये जूड़ा नहीं करदा, अक जांदे हाँ असी बड़ी जल्दी। पर उदों दशमेश पिता धन गुरु गोबिंद सिंह जी दे चरणां दा ध्यान धारिया करो, जां मीर मन्नू दे समें उन्हां बीबियां वल देखिया करो जिन्हां दे कुछ कुछ महीनियां दे कुछ कुछ दिनां दे बच्चे जिन्हां दे टुकड़े करके गलां दे विच हार पा दित्ते गए, पर उन्हां ने ना अपना धर्म छड्डिया ना अपने बच्चिया नूं वी इही कहा, और उन्होंने कहा साडे सामने इन्हां नूं शहीद कर देवो पर असी अपना धर्म नहीं छड़ांगे, टुकड़े करवा के गलां दे विच हार पवा लै, पर उन्होंने केस नहीं कतल करवाए। हुण दशमेश पिता धन गुरु गोबिंद सिंह जी चमकौर दी गड़ी छड़ी है, सतगुरु जी तुरे हन, ते जरा को थोड़ा जिहा अगे गए ते इतिहासकारां ने बड़ा सोहना इत्थे वचन किया है। आप समूह संगत नूं बेनती है कि सारी संगत एकाग्रता दे नाल बैठो, बड़े प्रेम दे नाल ये वचन सरवण करन वाला है, बड़े ध्यान दे नाल गुरु का यह वचन सरवण करो। देखो सतगुरु जी धन गुरु गोबिंद सिंह जी जदों चमकौर दी गड़ी छड़ के थोड़ा जिहा बाहर होए, तो इतिहासकार लिखते हैं कि थोड़ी जी बिजली लिशकी है, बिजली लिशकण दे नाल की होया, बाबा दया सिंह जी पिछे पिछे आ रहे सन, धन गुरु गोबिंद सिंह जी अगे अगे जा रहे सन, तो बाबा दया सिंह जी की निगाह पै गई क्योंकि उस जगह वल मन दे विच पहला ही थोड़ा थोड़ा ध्यान रख रहे सन कि असी गड़ी दे उपरों देख रहे सीगे, साहिबजादा बाबा अजीत सिंह जी ते बाबा जुझार सिंह जी इधर नूं जंग दे मैदान दे विच लड़दे हुए आए सन, इत्थे को डिगे सन, बाबा दया सिंह जी मन दे विच इस तरह दीआं विचारां करके जा रहे हन, तुरे जा रहे हन, और उन्ने क समें नूं बिजली लिशकी, बाबा दया सिंह जी दा ध्यान पिया, की देखिया है, साहिबजादा बाबा अजीत सिंह जी का शरीर पिया होया है, साहिबजादा बाबा अजीत सिंह जी। दशमेश पिता धन गुरु गोबिंद सिंह जी थोड़े जे अगे जा चुके हैं, और भाई दया सिंह जी ने दशमेश पिता धन गुरु गोबिंद सिंह जी ने पिछों आवाज मारी, कहन लगे हे पातशाह धन गुरु गोबिंद सिंह जी ठहर जाओ, रुक जाओ। और बाबा दया सिंह जी ने वचन किया, कहन लगे आ थोड़ा जा पिछे देखो,
ਤੁਹਾਡੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਹੋਇਆ ਹੈ, ਆਹ ਦੇਖੋ। ਔਰ ਗਰੀਬਾਂ ਦੀ ਆਵਾਜ਼, ਧੰਨ ਗੁਰੂ ਗੋਬਿੰਦ ਸਿੰਘ ਜੀ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਤੁਸੀਂ ਪਿਤਾ ਹੋ, ਆਪਣਾ ਇੱਕ ਛੋਟਾ ਜਿਹਾ ਫਰਜ਼ ਨਿਭਾ ਜਾਓ। ਜਦੋਂ ਕਿਸੇ ਪਿਤਾ ਦਾ ਪੁੱਤਰ ਸੰਸਾਰ ਤੋਂ ਜਾਂਦਾ ਹੈ ਤਾਂ ਖਿਆਲ ਕਰਿਓ, ਉਹ ਆਪਣੇ ਪੁੱਤਰ ਦਾ ਘੱਟੋ ਘੱਟ ਸਰੀਰ ਜ਼ਰੂਰ ਢੱਕਦਾ ਹੈ, ਪਿਤਾ ਉਹਦੇ ਉੱਪਰ ਖੱਫਣ ਜ਼ਰੂਰ ਪਾਉਂਦਾ ਹੈ। ਆਹ ਤੁਹਾਡਾ ਪੁੱਤਰ ਬਾਬਾ ਅਜੀਤ ਸਿੰਘ ਪਿਆ ਹੋਇਆ ਹੈ, ਤੁਸੀਂ ਅੱਜ ਖੱਫਣ ਤੋਂ ਬਿਨਾਂ ਤੁਰ ਜਾਓਗੇ? ਇਹਦਾ ਘੱਟੋ ਘੱਟ ਮੁੱਖ ਤਾਂ ਢੱਕ ਜਾਓ। ਇਹ ਦੇਖੋ, ਧੰਨ ਗੁਰੂ ਗੋਬਿੰਦ ਸਿੰਘ ਜੀ ਜਦੋਂ ਜਾ ਰਹੇ ਸਨ, ਬਾਬਾ ਦਇਆ ਸਿੰਘ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਰੀਰ ਵੇਖ ਕੇ ਅਤੇ ਕਦੇ ਆਵਾਜ਼ ਮਾਰ ਕੇ ਇਹ ਬਚਨ ਕਿਹਾ ਸੀਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤੱਕਿਆ, ਕਹਿਣ ਲੱਗੇ, ਹੇ ਬਾਬਾ ਦਇਆ ਸਿੰਘ ਜੀਓ, ਇੰਨਾ ਸਮਾਂ ਨਹੀਂ ਹੈ, ਇੰਨਾ ਸਮਾਂ ਨਹੀਂ। ਕਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੱਥੇ ਦੇ ਵਿੱਚ ਜਿਹੜੇ ਤੀਰ ਹੁੰਦੇ ਸਨ, ਉਹਨਾਂ ਨੂੰ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀਗਾ, ਸਵਾ ਤੋਲਾ ਸੋਨਾ। ਖਿਆਲ ਕਰਨਾ, ਉਹ ਸਵਾ ਤੋਲਾ ਸੋਨਾ ਕਿਸ ਕੰਮ ਆਉਂਦਾ ਸੀ ਜਾਂ ਕਿਉਂ ਲਾਇਆ ਜਾਂਦਾ ਸੀਗਾ? ਉਹਦਾ ਭਾਵ ਇਹ ਹੁੰਦਾ ਸੀਗਾ ਕਿ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਲੇ ਸਿਪਾਹੀ ਹਨ, ਉਹ ਆਮ ਤਰੀਕੇ ਦੇ ਨਾਲ ਇੱਕ ਡਿਊਟੀ ਕਰ ਰਹੇ ਹਨ, ਇੱਕ ਨੌਕਰ ਹਨ, ਅਤੇ ਹੋ ਸਕਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆਂ ਉਹ ਸ਼ਹਾਦਤ ਮਾਰੇ ਜਾਣ, ਖਤਮ ਹੋ ਜਾਣ, ਅਤੇ ਜਦੋਂ ਸਾਡਾ ਤੀਰ ਉਹਨਾਂ ਨੂੰ ਲੱਗੇਗਾ ਅਤੇ ਤੀਰ ਲੱਗਣ ਤੋਂ ਬਾਅਦ ਹੋ ਸਕਦਾ ਹੈ ਉਹਨਾਂ ਦੀ ਮੌਤ ਹੋ ਜਾਵੇ, ਅਤੇ ਘਰ ਦੇ ਵਿੱਚ ਖੱਫਣ ਦਾ ਪ੍ਰਬੰਧ ਵੀ ਨਾ ਹੋਵੇ, ਘਰ ਦੇ ਵਿੱਚ ਲੱਕੜਾਂ ਦਾ ਪ੍ਰਬੰਧ ਵੀ ਨਾ ਹੋਵੇ, ਬੱਚਿਆਂ ਨੂੰ ਕੁਝ ਦਿਨ ਖਾਣ ਪੀਣ ਦਾ ਪ੍ਰਬੰਧ ਵੀ ਨਾ ਹੋਵੇ, ਗਰੀਬ ਹੋਣ। ਅਤੇ ਸਤਿਗੁਰੂ ਜੀ ਆਪਣੇ ਤੀਰਾਂ ਦੇ ਨਾਲ ਸੋਨਾ ਲਾਉਂਦੇ ਸਨ ਕਿ ਉਹਨਾਂ ਵੱਜਣ ਵਾਲੇ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਤੀਰ ਵੱਜਣਗੇ, ਕੁਝ ਦਿਨ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲ ਜਾਏਗਾ, ਉਹਨਾਂ ਦੇ ਖੱਫਣ ਦਾ ਪ੍ਰਬੰਧ ਹੋ ਜਾਏਗਾ, ਲੱਕੜਾਂ ਦਾ ਪ੍ਰਬੰਧ ਹੋ ਜਾਏਗਾ। ਇੰਨਾ ਸਤਿਗੁਰੂ ਜੀ ਦੀਰਘ ਸੋਚਦੇ ਸਨ, ਆਪਣੇ ਦੁਸ਼ਮਣਾਂ ਦਾ ਵੀ ਇੰਨਾ ਭਲਾ ਸੋਚਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ, ਉਹ ਤੀਰ ਦੇ ਅੱਗੇ ਸੋਨਾ ਲੱਗਾ ਹੁੰਦਾ ਸੀਗਾ, ਅਤੇ ਬਾਬਾ ਦਇਆ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਤੀਰਾਂ ਦੇ ਅੱਗੇ ਸੋਇਨਾ ਲਾ ਕੇ ਚਲਾਉਂਦੇ ਸੀਗੇ ਕਿ ਸਾਡਾ ਦੁਸ਼ਮਣ ਵੀ ਕਦੇ ਖੱਫਣ ਤੋਂ ਬਿਨਾਂ ਨਾ ਤੁਰ ਜਾਵੇ। ਅੱਜ ਤੁਹਾਡੇ ਪੁੱਤਰ ਇੱਥੇ ਪਏ ਹਨ, ਤੁਸੀਂ ਚੱਲੇ ਹੋ, ਕੀ ਆਪਣੇ ਪੁੱਤਰਾਂ ਦਾ ਖੱਫਣ ਦਾ ਪ੍ਰਬੰਧ ਨਹੀਂ ਕਰੋਗੇ? ਤੁਸੀਂ ਤਾਂ ਦੁਸ਼ਮਣਾਂ ਦੇ ਖੱਫਣਾਂ ਦਾ ਵੀ ਸੋਚਣ ਵਾਲੇ। ਔਰ ਉਸ ਵੇਲੇ ਦਸ਼ਮੇਸ਼ ਪਿਤਾ ਨੇ ਇੱਕ ਬਚਨ ਕੀਤਾ ਸੀਗਾ, ਕਹਿਣ ਲੱਗੇ, ਹੇ ਭਾਈ ਦਇਆ ਸਿੰਘ ਜੀਓ, ਇਹ ਸਾਡੇ ਪੁੱਤਰ ਹਨ, ਠੀਕ ਹੈ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸਾਡੇ ਪੁੱਤਰ ਹਨ, ਪਰ ਜਿਹੜੇ ਹੋਰ ਅਨੇਕਾਂ 35 ਦੇ ਕਰੀਬ ਇੱਥੇ ਸ਼ਹੀਦ ਹੋਏ ਹਨ ਸਾਰੇ ਸਿੱਖ, ਅਸਲ ਦੇ ਵਿੱਚ ਉਹ ਵੀ ਸਾਡੇ ਪੁੱਤਰ ਹਨ। ਅਨੇਕਾਂ ਜਿਹੜੇ ਹੋਰ ਪੰਜਾਂ ਦਾ ਜਥਾ ਬਣ ਕੇ ਜਾਂ ਸਾਡੇ ਪੰਜਾਂ ਪਿਆਰਿਆਂ ਦੇ ਵਿੱਚੋਂ 3 ਪਿਆਰੇ ਇੱਥੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ, ਖਿਆਲ ਕਰਿਓ, ਅਸੀਂ ਉਹਨਾਂ ਨੂੰ ਵੀ ਕਦੇ ਆਪਣੇ ਪੁੱਤਰਾਂ ਤੋਂ ਘੱਟ ਨਹੀਂ ਸਮਝਿਆ। ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਉਹਨਾਂ ਨੇ ਵੀ ਬਰਾਬਰ ਦੀ ਸ਼ਹਾਦਤ ਇੱਥੇ ਪ੍ਰਾਪਤ ਕੀਤੀ ਹੈ। ਅੱਜ ਮੈਂ ਜੇਕਰ ਕਿਤੇ ਥੋੜ੍ਹਾ ਜਿਹਾ ਕੱਪੜੇ ਦਾ ਟੁਕੜਾ ਪਾੜ ਕੇ ਅਤੇ ਅਜੀਤ ਸਿੰਘ ਦਾ ਅਤੇ ਜੁਝਾਰ ਸਿੰਘ ਦਾ ਮੂੰਹ ਢੱਕ ਕੇ ਚੜਿਆ ਗਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਲੋਕਾਂ ਨੇ ਕਹਿਣਾ ਹੈ, ਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰਾਂ ਦਾ ਤਾਂ ਮੂੰਹ ਢੱਕ ਦਿੱਤਾ, ਬਾਕੀ ਉਤਰਾ ਹੀ ਪਏ ਰਹੇ। ਇਸ ਕਰਕੇ ਹੇ ਦਇਆ ਸਿੰਘ, ਮੈਂ ਵਿਤਕਰਾ ਨਹੀਂ ਕਰਾਂਗਾ, ਜਿਹੋ ਜਿਹੇ ਸਾਹਿਬਜ਼ਾਦੇ ਮੈਨੂੰ ਹਨ, ਬਾਕੀ ਸਿੱਖ ਵੀ ਮੈਨੂੰ ਉਹੋ ਜਿਹੇ ਹਨ, ਜਾਂ ਤਾਂ ਕੱਪੜੇ ਦਾ ਟੁਕੜਾ ਪਾੜ ਕੇ ਸਾਰਿਆਂ ਦੇ ਮੁੱਖ ਢੱਕਾਂਗੇ ਅਤੇ ਨਹੀਂ ਤਾਂ ਦੋਨਾਂ ਦਾ ਢੱਕ ਕੇ ਅਤੇ ਮੈਂ ਕਦੇ ਵਿਤਕਰਾ ਨਹੀਂ ਕਰਾਂਗਾ, ਮੈਂ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ ਰੱਖਾਂਗਾ। ਹੇ ਬਾਬਾ ਦਇਆ ਸਿੰਘ ਜੀ, ਜਾਂ ਤਾਂ ਅਸੀਂ ਸਾਰਿਆਂ ਦਾ ਮੂੰਹ ਢੱਕੀਏ ਅਤੇ ਜਾਂ ਇੱਕ ਦਾ ਵੀ ਨਾ ਢੱਕੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਇਤਿਹਾਸਕਾਰ ਬਚਨ ਕਰਦੇ ਹਨ, ਬਾਬਾ ਦਇਆ ਸਿੰਘ ਜੀ ਨੂੰ ਹੌਸਲਾ ਦਿੰਦੇ ਹੋਏ ਉੱਥੋਂ ਤੁਰ ਪਏ। ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਾਂ ਚਰਨਾਂ ਤੋਂ ਜੋੜਾ ਉਤਾਰਿਆ ਹੋਇਆ ਹੈ, ਕਿਤੇ ਮੇਰੇ ਸਿੱਖਾਂ ਦੇ ਕੇਸਾਂ ਨੂੰ ਮੇਰਾ ਪੈਰ ਨਾ ਲੱਗ ਜਾਵੇ, ਅਤੇ ਦੂਸਰਾ ਆਪਣੇ ਪੁੱਤਰਾਂ ਦਾ ਮੂੰਹ ਵੀ ਢੱਕ ਕੇ ਨਹੀਂ ਗਏ ਕਿ ਕਿਤੇ ਮੇਰੇ ਸਿੱਖਾਂ ਦੇ ਵਿੱਚ ਅਤੇ ਪੁੱਤਰਾਂ ਦੇ ਵਿੱਚ ਕੋਈ ਵਿਤਕਰਾ ਨਾ ਹੋ ਜਾਵੇ। ਦੇਖੋ, ਕੋਈ ਐਸਾ ਵੀ ਦਸ਼ਮੇਸ਼ ਪਿਤਾ ਵਰਗਾ ਸੰਸਾਰ ਦੇ ਵਿੱਚ ਕੋਈ ਰਹਿਬਰ ਹੋਏਗਾ, ਕੋਈ ਗੁਰੂ ਹੋਏਗਾ ਐਸਾ ਵੀ ਜਿਸ ਨੇ ਇੰਨਾ ਵੱਡਾ ਪਿਆਰ ਆਪਣੇ ਸਿੱਖਾਂ ਦੇ ਨਾਲ ਕੀਤਾ।